ਪਾਰਟੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ, ਪੂਰਾ ਲੱਗਾ ਹੋਇਆ ਜ਼ੋਰ ਹੈ। ਸੋ ਧੰਨਵਾਦ ਕਰਦੇ ਹਾਂ ਸਾਰੇ ਹੀ ਨਗਰ ਨਿਵਾਸੀਆਂ ਦੇ ਜਿਹੜੇ ਕਿ ਇਸ ਛਿੰਝ ਮੇਲੇ ਵਾਸਤੇ ਪੂਰਾ ਸਹਿਯੋਗ ਕਰਦੇ ਹੈ। ਸੋ ਬਹੁਤ ਹੀ ਵਧੀਆ ਕੁਸ਼ਤੀਆਂ ਮੈਦਾਨ ਦੇ ਅੰਦਰ ਚੱਲ ਰਹੀਆਂ ਹੈ। ਸੋ ਸਤਪਾਲ ਜੇਤੀ ਜੀ ਦਾ ਧੰਨਵਾਦ ਹੈ, ਜਿਹੜੇ ਕਿ ਆਪਣੀ ਬੀਜੀ ਜ਼ਿੰਦਗੀ ਦੇ ਵਿੱਚ ਅੱਜ ਸਮਾਂ ਕੱਢ ਕੇ ਪਹੁੰਚੇ ਹੈ। ਫੌਜੀ ਸਾਹਿਬ ਕੁਸ਼ਤੀਆਂ ਬਹੁਤ ਆਪਣਾ ਹਿਸਾਬ ਨਾਲ ਦੇਖੋ, ਮਾੜਾ ਜਿਹਾ ਜ਼ਿਆਦਾ ਸਮਾਂ ਨਹੀਂ ਦੇਣਾ। ਰਾਜੂ ਅੰਮ੍ਰਿਤਸਰ ਮੱਖਣ ਉਨਾ, ਇਹ ਪਹਿਲਵਾਨ ਵੀ ਤਿਆਰ ਬਾਰ ਤਿਆਰ ਹੋ। ਉਸ ਤੋਂ ਅਗਲੀਆਂ ਕੁਸ਼ਤੀਆਂ ਲਾਡੀ ਬਟਾਲਾ ਹੈਪੀ ਤਲਵਾਣਾ, ਕੁਲਵਿੰਦਰ ਹੁਸ਼ਿਆਰਪੁਰ ਸਲੀਮ ਨਕੋਦਰ, ਇਹ ਪਹਿਲਵਾਨ ਵੀ ਤਿਆਰ ਬਾਰ ਤਿਆਰ ਹੋ। ਜਿਹੜੀਆਂ ਕੁਸ਼ਤੀਆਂ ਦੇ ਨਾਮ ਬੋਲੇ ਹੈ ਉਹ ਤਿੰਨਾਂ ਕੁਸ਼ਤੀਆਂ ਦੇ ਪਹਿਲਵਾਨ ਤਿਆਰ ਬਾਰ ਤਿਆਰ ਰਹੋ ਜੀ। ਰਾਜੂ ਅੰਮ੍ਰਿਤਸਰ ਮੱਖਣ ਉਨਾ, ਉਸ ਤੋਂ ਅਗਲੀ ਕੁਸ਼ਤੀ ਲਾਡੀ ਬਟਾਲਾ ਹੈਪੀ ਤਲਵਾੜਾ ਕੁਲਵਿੰਦਰ ਹੁਸ਼ਿਆਰਪੁਰ ਸਲੀਮ ਨਕੋਦਰ, ਇਹ ਪਹਿਲਵਾਨ ਬਿਲਕੁਲ ਤਿਆਰ ਵਾਰ ਤਿਆਰ ਹੋ ਜਾਓ। ਵਧੀਆ ਕੁਸ਼ਤੀ ਮੈਦਾਨ ਦੇ ਅੰਦਰ ਚੱਲ ਰਹੀ ਹੈ। ਅਗਲੀਆਂ ਕੁਸ਼ਤੀਆਂ ਦੇ ਪਹਿਲਵਾਨ ਬਿਲਕੁਲ ਤਿਆਰ ਬਾਰ ਤਿਆਰ ਹੋ ਜਾਓ, ਕਿਉਂਕਿ ਤਿੰਨ ਕੁਸ਼ਤੀਆਂ ਜਿਹੜੀਆਂ ਬੋਲੀਆਂ ਇਹ ਲਗਾਤਾਰ ਕੁਸ਼ਤੀਆਂ ਹੋਣੀਆਂ। ਲਓ ਜੀ, ਰੈਫਰੀ ਦਾ ਫੈਸਲਾ ਆਖਰੀ ਫੈਸਲਾ ਹੋਣਾ, ਕਿਉਂਕਿ ਯਾਰੀ ਦੀ ਕੁਸ਼ਤੀ ਪੱਕਾ ਸਾਧ ਲੰਗੋਟੇ ਦਾ, ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ, ਤੂੰ ਮੇਲੀ ਬਣ ਕੇ ਵੇਖ ਮੇਲੀਆ ਮੇਲਾ ਯਾਰਾਂ ਦਾ, ਮੇਲਾ ਯਾਰਾਂ ਦਾ ਪੂਰਾ ਭਰਿਆ ਪਰ ਕੁਸ਼ਤੀਆਂ ਠੰਡੀਆਂ ਹੋ ਰਹੀਆਂ। ਤੇਜ਼ ਤਰ੍ਹਾਂ ਜਿਹੜੀ ਕਰੰਟ ਵਾਲੀ ਕੁਸ਼ਤੀ ਹੈ ਦਰਸ਼ਕ ਵੀਰ ਉਹਨੂੰ ਦੇਖਣਾ ਪਸੰਦ ਕਰਦੇ ਆ। ਕੱਲ੍ਹ ਅਗਲੀ ਕੁਸ਼ਤੀ ਦੇ ਪਹਿਲਵਾਨ ਰਾਜੂ ਅੰਮ੍ਰਿਤਸਰ ਮੱਖਣ ਉਨਾ, ਕਰਾਓ ਜੀ ਕੁਸ਼ਤੀ ਸ਼ੁਰੂ। ਲਾਡੀ ਬਟਾਲਾ, ਅਗਲੀ ਕੁਸ਼ਤੀ ਹੈਪੀ ਤਲਵਾੜਾ, ਇਹ ਪਹਿਲਵਾਨ ਵੀ ਤਿਆਰ ਵਾਰ ਤਿਆਰ ਹੋ ਜੀ। ਹਲੋ, ਅਗਲੀ ਕੁਸ਼ਤੀ ਦੇ ਪਹਿਲਵਾਨ ਵੀ ਤਿਆਰ ਵਾਰ ਤਿਆਰ ਹੋ, ਕਾਟ ਦੇ ਦੋ ਮੜੇ ਆਪਣਾ। ਬਹੁਤ ਹੀ ਵਧੀਆ, ਲਓ ਜੀ ਏਦਾਂ ਦੀਆਂ ਕੁਸ਼ਤੀਆਂ ਹੋਣੀਆਂ ਚਾਹੀਦੀਆਂ, ਮਗਰਲਿਆਂ ਦਾ ਨੰਬਰ ਵੀ ਛੇਤੀ ਆਉਣਾ ਹੈ। ਲਾਡੀ ਬਟਾਲਾ ਹੈਪੀ ਤਲਵਾੜਾ ਦੋਨੇ ਆਓ, ਲਓ ਜੀ ਇੱਧਰ ਵੀ ਜੇ ਤਾਰ ਦਾ ਫੈਸਲਾ ਹੋ ਗਿਆ, ਸਰਾਂ ਦੇ ਫੁੱਲ ਵਰਗੇ ਦੇਖੋ ਛੋਟੇ ਛੋਟੇ ਜਵਾਕ ਕੁਸ਼ਤੀ। ਹਾਂਜੀ ਕਰਾਓ ਕੁਸ਼ਤੀ, ਅਗਲੀ ਕੁਸ਼ਤੀ
ਕੁਲਵਿੰਦਰ ਹੁਸ਼ਿਆਰਪੁਰ ਸੁਨੀਲ ਲਕੋਦਰ ਇਹ ਪਹਿਲਵਾਨ ਵੀ ਤਿਆਰ ਬਾਰ ਤਿਆਰ ਹੋ ਗਏ ਕੁਲਵਿੰਦਰ ਹੁਸ਼ਿਆਰਪੁਰ ਸੁਨੀਲ ਲਕੋਦਰ ਆ ਜਾਓ ਮੈਦਾਨ ਦੇ ਵਿੱਚ ਯਾਰ ਸੁਨੀਲ ਲਕੋਦਰ ਉਹ ਕੁਸ਼ਤੀਵਾਨੀ ਨਾਗਰਾ ਸਾਊਂਡ ਸਰਵਿਸ ਜਿਹੜੀ ਕਿ ਸਾਡੀ ਛੋਟੀ ਜਿਹੀ ਆਵਾਜ਼ ਨੂੰ ਵੱਡੀ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਸੋ ਧੰਨਵਾਦ ਕਰਦੇ ਹਾਂ ਸਾਊਂਡ ਵਾਲੇ ਵੀਰਾਂ ਦਾ ਵੀ ਅਗਲੀ ਕੁਸ਼ਤੀ ਦੇ ਪਹਿਲਵਾਨ ਵੀ ਤਿਆਰ ਬਾਰ ਤਿਆਰ ਹੋ ਕੇ ਆਓ ਜੀ ਮੈਦਾਨ ਦੇ ਵਿੱਚ ਕੁਸ਼ਤੀਆਂ ਲਓ ਜੀ ਸਾਡੇ ਸੱਚਾ ਫੌਜੀ ਸਾਹਿਬ ਰੈਫਰੀ ਦੀ ਸੇਵਾ ਨਿਭਾਉਣਗੇ ਯਾਰ ਕੁਸ਼ਤੀ ਪਹਿਲਵਾਨ ਤਿਆਰ ਕਿਉਂ ਨਹੀਂ ਹੁੰਦੇ ਯਾਰ ਅੱਤੂ ਟੰਡਵਾਰ ਸੋਮਾ ਵੀਣੇ ਵਾਲ ਆਓ ਯਾਰ ਮੈਦਾਨ ਦੇ ਅੰਦਰ ਅਗਲੀ ਕੁਸ਼ਤੀ ਨਿੱਕਾ ਸਦਰਪੁਰ ਬਿੱਲਾ ਲੁਧਿਆਣਾ ਮੰਗਾ ਨੂਹ ਮਹਿਲ ਮਨੀ ਕੁਰਾਲੀ ਇਹ ਤਿੰਨੇ ਪਹਿਲਵਾਨ ਤਿਆਰ ਵਾਰ ਤਿਆਰ ਹੋ ਯਾਰ ਉਸ ਤੋਂ ਅਗਲੀ ਕੁਸ਼ਤੀ ਜੱਗਾ ਤੁਸੀਂ ਬਾਅਦ ਚ ਕਹਿਣਾ ਫਿਰ ਸਾਡੀਆਂ ਕੁਸ਼ਤੀਆਂ ਨਹੀਂ ਸਮੇਂ ਦਾ ਤੁਸੀਂ ਪਹਿਲਾਂ ਤਿਆਰ ਹੁੰਦੇ ਖਰਾਬ ਕਰ ਦਿੰਦੇ ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਹੋਣ ਲੱਗੀ ਹੈ ਸੋਮਾ ਵੀਣੇ ਵਾਲ ਅੱਤੂ ਟੰਡਵਾਲ ਬਹੁਤ ਹੀ ਵਧੀਆ ਕੁਸ਼ਤੀ ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ ਸੋਮਾ ਵੀਣੇ ਵਾਲ ਅੱਤੂ ਟੰਡਵਾੜ ਬੜਾ ਫਸਵਾਂ ਮੁਕਾਬਲਾ ਹੋ ਗਿਆ ਟੋਪੇ ਨਾਲੇ ਵੀਰ ਦਾ ਮੁਕਾਬਲਾ ਫਸ ਗਿਆ ਇੱਕ ਪਾਸੇ ਸੋਮਾ ਵੀਣੇ ਵਾਲ ਤੇ ਅੱਤੂ ਟੰਡਵਾੜ ਬਹੁਤ ਹੀ ਵਧੀਆ ਕੁਸ਼ਤੀ ਚੱਲ ਰਹੀ ਹੈ ਮੈਦਾਨ ਦੇ ਵਿੱਚ ਅਗਲੀ ਕੁਸ਼ਤੀ ਦੇ ਪਹਿਲਵਾਨ ਜਿਨ੍ਹਾਂ ਦੇ ਨਾਮ ਬੋਲਦੇ ਯਾਰ ਤਿਆਰ ਵਾ ਤਿਆਰ ਹੋ ਜਾਓ ਲੁੱਕਾ ਸਦਰਪੁਰ ਬਿੱਲਾ ਲੁਧਿਆਣਾ ਇਸ ਤੋਂ ਅਗਲੀ ਕੁਸ਼ਤੀ ਲੁੱਕਾ ਸਦਰਪੁਰ ਬਿੱਲਾ ਲੁਧਿਆਣਾ ਮੰਗਾ ਨੂਰਵੈਲ ਮਨੀ ਕੁਰਾਲੀ ਤਿਆਰ ਵਾਰ ਤਿਆਰ ਰਹਿਣ ਪਹਿਲਵਾਨ ਬਹੁਤ ਹੀ ਵਧੀਆ ਕੁਸ਼ਤੀ ਬਹੁਤ ਹੀ ਵਧੀਆ ਲਓ ਵੀ ਟੰਡਵਾੜ ਵਾਲੇ ਭਲਵਾਨ ਨੇ ਤਨ ਤਨ ਕਰਾਤੀ ਹੈ ਬਹੁਤ ਹੀ ਵਧੀਆ ਕੁਸ਼ਤੀ ਕੀ ਮੈਦਾਨ ਦੇ ਵਿੱਚ ਚੱਲ ਰਹੀ ਹੈ ਕੁਸ਼ਤੀਆਂ ਦੇ ਪਹਿਲਵਾਨਾਂ ਦੇ ਨਾਮ ਬੋਲੇ ਗਏ ਯਾਰ ਤਿਆਰ ਵਾਰ ਤਿਆਰ ਹੋ ਗਏ ਖਾੜੇ ਦੇ ਲਾਗੇ ਰਹੋ ਬਹੁਤ ਹੀ ਵਧੀਆ ਕੁਸ਼ਤੀਆਂ ਹੋਣੀਆਂ ਮੈਦਾਨ ਦੇ ਵਿੱਚ ਅਗਲੀ ਕੁਸ਼ਤੀ ਮੰਗਾ ਨੂਰਮੈਲ ਮਨੀ ਕੁਰਾਲੀ ਜੱਗਾ ਜਨਾਲਾ ਸੱਤਾ ਗੜ ਸ਼ੰਕਰ ਉਹ ਪਹਿਲਵਾਨ ਵੀ ਤਿਆਰ ਵਾਰ ਤਿਆਰ ਰਹੋ ਮੰਗਾ ਨੂਰਵੈਲ ਮਨੀ ਕੁਰਾਲੀ ਬਹੁਤ ਹੀ ਵਧੀਆ ਕੁਸ਼ਤੀ ਫੌਜੀ ਵੀਰਾਂ ਦਾ ਵੀ ਧੰਨਵਾਦ ਹੈ ਜਿਹੜੇ ਦੇਖ ਲਓ ਬਾਰਡਰਾਂ ਤੇ ਡਿਊਟੀ ਕਰਕੇ ਫਿਰ ਸਿੰਘ ਮੇਲੇ ਦੇ ਵਿੱਚ ਸੇਵਾਵਾਂ ਦਾ ਨਾਮ ਨਿਭਾਉਂਦੇ ਹੈ ਸੋ ਸਾਰੇ ਦਰਸ਼ਕ ਵੀਰਾਂ ਦਾ ਵੀ ਧੰਨਵਾਦ ਹੈ ਮਾਤਾ ਮਾਂ ਭੈਣਾਂ ਦਾ ਵੀ ਧੰਨਵਾਦ ਹੈ ਜਿਹੜੇ ਆਪਣੇ ਘਰਾਂ ਦੇ ਘਰੇਲੂ ਕੰਮਾਂ ਨੂੰ ਛੱਡ ਕੇ ਅੱਜ ਸਿੰਘ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਗਾਉਂਦੇ ਹੈ ਸੋ ਸਾਰੇ ਦਰਸ਼ਕ ਵੀਰਾਂ ਦਾ ਵੀ ਧੰਨਵਾਦ ਹੈ ਧੰਨਵਾਦ ਕਰਦੇ ਹਾਂ ਸੁਹਾਸ਼ ਠੇਕੇਦਾਰ ਜੀ ਦਾ ਜਿਨ੍ਹਾਂ ਨੇ ਅੱਜ ਇਸ ਸਿੰਘ ਮੇਲੇ ਦਾ ਉਦਘਾਟਨ ਕੀਤਾ ਅਤੇ ਸਤਪੁਰ ਦੇ ਦਿੱਤੀ ਹੋਈ ਮੇਲ ਕਮਾਈ ਦੇ ਵਿੱਚੋਂ 1,01,000 ਰੁਪਏ ਦਾ ਵੱਡਾ ਸਹਿਯੋਗ ਦਿੱਤਾ ਸੋ ਧੰਨਵਾਦ ਕਰਦੇ ਹਾਂ ਰਾਨੀ ਵੀਰਾਂ ਦਾ ਸਾਰਿਆਂ ਦਾ ਹੀ ਜਿਨ੍ਹਾਂ ਨੇ ਇਸ ਸਿੰਘ ਮੇਲੇ ਵਾਸਤੇ ਮਾਇਆ ਦੇ ਦਿਲ ਖੋਲ੍ਹ ਕੇ ਗੱਪੇ ਦਿੱਤੇ ਆ ਜੈਂਟ ਨਿਊਜ਼ੀਲੈਂਡ 1,02,000 ਰੁਪਇਆ
ਵਿੰਦਰ ਸਾਈਪ੍ਰਸ 40,000 ਹੈ, ਕਾਲਾ ਫਰਾਂਸ 11,000 ਹੈ, ਰਾਜ ਬੀਕਰ ਇੰਗਲੈਂਡ 11,000, ਬਲਵਿੰਦਰ ਸਿੰਘ 13,000 ਰੁਪਇਆ, ਸਰਬਜੀਤ ਚਨੈਣੀ 11,000 ਰੁਪਇਆ, ਜੱਸੀ ਵੱਲੀ 5,100 ਰੁਪਇਆ, ਗਿਆਨ ਵੱਲੀ 11,000 ਰੁਪਏ। ਜਿੱਥੇ ਵੱਡੇ ਸਹਿਯੋਗ ਦਿੱਤੇ ਹੈ ਇਸ ਛਿੰਝ ਮੇਲੇ ਵਾਸਤੇ ਸਾਰੇ ਦਾਨੀ ਵੀਰਾਂ ਦਾ ਧੰਨਵਾਦ ਕਰਦੇ ਹਾਂ। ਲੱਖ ਦਾ ਤਾਂ ਪੀਰ ਇਹਨਾਂ ਪਰਿਵਾਰਾਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੇ। ਯਾਰ ਪਹਿਲਵਾਨ ਵੀਰਾਂ ਨੂੰ ਬੇਨਤੀ ਹੈ ਟੈਂਕਰ 'ਤੇ ਰਹਿਣਾ ਹੋ, ਯਾਰ ਇੱਥੇ ਟੁੱਪ ਵੀ ਨਾ ਹੋਵੇ, ਪਾਣੀ ਪੀਣ ਵਾਲਾ ਹੈ ਭਾਅ ਜੀ, ਠਾ ਲਓ, ਜੇ ਨਹੀਂ ਠਾਂਦਾ ਤਾਂ ਇੱਧਰ ਵਲੰਟੀਅਰ ਭੇਜ ਦਿੰਦੇ। ਬਹੁਤ ਹੀ ਵਧੀਆ ਕੁਸ਼ਤੀਆਂ ਮੈਦਾਨ ਦੇ ਵਿੱਚ ਚੱਲ ਰਹੀਆਂ ਹੈ। ਸੋ ਗੁਰਪ੍ਰੀਤ ਜੀ ਤੁਸੀਂ ਅੱਪ ਜਾਓ ਇੱਕ ਵਾਰ। ਮੰਗਾ ਨੂਰ ਮਹਿਲ ਮਨੀ ਕਰਾਲੀ, ਅਗਲੀ ਕੁਸ਼ਤੀ ਦੇ ਪਹਿਲਵਾਨ ਤਿਆਰ ਵਾਰ ਤਿਆਰ ਰਹੋ। ਫੌਜੀ ਸਾਹਿਬ ਆਪਣੇ ਹਿਸਾਬ ਨਾਲ ਟਾਈਮ ਵੀ ਲਾਉਣਾ ਕਦੇ, ਕਿਉਂਕਿ ਜਿੱਦਾਂ ਸਿਰ ਭੇੜ ਕੇ ਇੱਦਾਂ ਖੜ ਕੇ ਜਿੱਦਾਂ ਕਿਤੇ ਕਨੇਡਾ ਦੇ ਆਏ ਹੁੰਦੇ, ਬੀਆਂ ਬੱਚੀਆਂ ਸਾਲਾਂ ਮਿਲਣ ਲੱਗ ਗਏ, ਚੁਸਤੀ ਫੁਰਤੀ ਦੇ ਕੰਮ ਹੁੰਦੇ ਹੈ, ਜਨਤਾ ਉਹਨੂੰ ਪਸੰਦ ਕਰਦੀ ਹੈ। ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ। ਏਦਾਂ ਜਾਂ ਟਾਈਮ ਲੱਗਦਾ ਫਿਰ ਕਰੰਟ ਫੜਦੇ ਹੈ, ਪਹਿਲਾਂ ਤਾਂ ਕਰੰਟ ਬੈਟਰੀ ਡੈਡ ਹੁੰਦੀ ਹੋਊਗੀ। ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ। ਜੱਟ ਨੇ ਟਰੇਨ ਰੋਕ ਤੀ ਵਿੱਚ ਸੁੱਟ ਕੇ, ਤੂੰ ਤਾਂ ਮੋਛਾ ਏਦਾਂ ਏਦਾਂ ਟਰੇਨੇ ਢਾਲੀ। ਹੁਣ ਕਿੱਥੇ ਗਏ ਤੇਰੇ ਕੁਰਕਰੇ? ਬਹੁਤ ਹੀ ਵਧੀਆ, ਬਹੁਤ ਹੀ ਵਧੀਆ ਰੈਫਰੀ ਦੀ ਸੇਵਾ ਜਿੱਥੇ ਸਾਡੇ ਸੁੱਚਾ ਫੌਜੀ ਵੀਰ ਨਿਭਾ ਰਹੇ ਹੈ, ਕਹਿੰਦੇ ਸਿਲੈਕਸ਼ਨ ਜੇਖਿਆਲ ਦੀ ਛੇਤੀ ਛੋਟੀ ਰੈਫਰੀ ਵਾਸਤੇ। ਬਹੁਤ ਹੀ ਵਧੀਆ ਕੁਸ਼ਤੀ ਚੱਲ ਰਹੀ ਹੈ। ਮੰਗਾ ਨੂਰ ਮਹਿਲ ਮਨੀ ਕਰਾਲੀ, ਅੱਗੇ ਜੰਗਾ ਅਜਨਾਲਾ ਸੱਤਾਗੜ ਸ਼ੰਕਰ, ਇਹ ਵੀ ਪਹਿਲਵਾਨ ਤਿਆਰ ਵਾਰ ਤਿਆਰ ਰਹੂਗੀ। ਬਹੁਤ ਹੀ ਵਧੀਆ, ਪਰ ਰੈਫਰੀ ਦੀ ਜੱਜਮੈਂਟ ਦੇ ਨਾਲ ਹੀ ਫੈਸਲਾ ਹੋਣਾ। ਸੋ ਧੰਨਵਾਦ ਕਰਦੇ ਹਾਂ ਦਾਨੀ ਵੀਰਾਂ ਦਾ, ਗਿਆਨ ਮੱਲੀ ਜੀ ਜਿਹਨਾਂ ਨੇ 11,000 ਰੁਪਏ ਦਾ ਸਹਿਯੋਗ ਦਿੱਤਾ ਹੈ। ਸੋ ਧੰਨਵਾਦ ਹੈ ਸਾਰੇ ਦਾਨੀ ਵੀਰਾਂ ਦਾ। ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਅੰਦਰ ਚੱਲ ਰਹੀ ਹੈ। ਜੇ ਦਰਸ਼ਕ ਵੀਰੋ ਕੁਸ਼ਤੀ ਪਸੰਦ ਆਈ ਫਿਰ ਤਾੜੀ ਜ਼ਰੂਰ ਮਾਰ ਦਿਆ ਕਰੋ ਇੱਕ ਵਾਰ, ਇੱਦਾਂ ਦੀਆਂ ਕੁਸ਼ਤੀਆਂ ਦਰਸ਼ਕ ਪਸੰਦ ਕਰਦੇ ਹੈ, ਮਿੰਟਾਂ ਸੈਕਿੰਡਾਂ ਦੇ ਵਿੱਚ ਫੈਸਲੇ ਹੋਣੇ ਚਾਹੀਦੇ ਹੈ। ਹਾਂ, ਦੁਨੀਆ ਦਾ ਫੋਨ ਦੇ ਵਿੱਚ ਵਿਅਸਤ ਹੋਈ ਪਈ ਹੈ ਕਿ ਫੋਨ ਬਣਾਇਆ ਸੀ ਦੂਰ ਸੰਚਾਰ ਵਾਸਤੇ, ਲੋਕੀ ਗਲਤ ਇਸਦਾ ਇਸਤੇਮਾਲ ਕਰਨ ਲੱਗ ਗਏ। ਮੁੰਡੇ ਕੁੜੀਆਂ ਦੀ ਤਾਂ ਗੱਲ ਛੱਡ ਦੋ, ਬੁੱਢੇ ਬੁੱਢੀਆਂ ਵੀ ਫੋਨ ਤੇ ਰੋਮੈਂਸ ਕਰਨ ਲੱਗ ਗਏ, ਹੁਣ ਤਾਂ ਦੁਨੀਆ ਫੋਨਾਂ ਨੇ ਖਾਲੀ। ਬਹੁਤ ਹੀ ਵਧੀਆ ਕੁਸ਼ਤੀ, ਹਾਂਜੀ ਜੱਗਾ ਅਜਨਾਲਾ ਸੱਤਾਗੜ੍ਹ। ਅਗਲੀ ਕੁਸ਼ਤੀ ਕਾਲਾਗੜ੍ਹ ਸ਼ੰਕਰ ਅਲੀ ਬਗਵਾਈ, ਬਹੁਤ ਹੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਹੋਣੀਆਂ। ਸੋ ਹਰਸ਼ ਜੀ ਇੱਕ ਮਿੰਟ ਆਇਓ ਮਾੜੇ ਜਿਹਾ ਉੱਪਰ।